ਗੱਲ ਕਰਾਂਗੇ ਰਿਐਲਿਟੀ ਸ਼ੋਅ ਬਿਗ ਬੌਸ 13 ਦੀ। ਬਿਗ ਬੌਸ ਦੇ ਘਰ ਵਿੱਚ ਜਿੱਥੇ ਇੱਕ ਪਾਸੇ ਦੇਖਣ ਨੂੰ ਮਿਲਦਾ ਹੈ ਕਿ ਸਭ ਇੱਕ ਦੂਸਰੇ ਨਾਲ ਲੜਦੇ ਹੋਏ ਨਜ਼ਰ ਆਉਂਦੇ ਨੇ, ਉੱਥੇ ਹੀ ਦੂਸਰੇ ਪਾਸੇ ਦੇਖਣ ਨੂੰ ਮਿਲ ਰਿਹਾ ਕਿ ਆਸੀਮ ਔਰ ਹਿਮਾਂਸ਼ੀ ਆ ਰਹੇ ਨੇ ਇੱਕ ਦੂਸਰੇ ਦੇ ਬਹੁਤ ਹੀ ਕਲੋਜ਼। ਦਰਅਸਲ ਪਹਿਲਾਂ ਵੀ ਘਰ ਵਿੱਚ ਦੇਖਿਆ ਗਿਆ ਕਿ ਆਸੀਮ ਹਿਮਾਂਸ਼ੀ ਨੂੰ ਲੈ ਕੇ ਕੁਝ ਜ਼ਿਆਦਾ ਹੀ ਪ੍ਰੋਸੈਸਿਵ ਨਜ਼ਰ ਆਉਂਦੇ ਨੇ। ਅਕਸਰ ਉਹ ਹਿਮਾਂਸ਼ੀ ਦੇ ਸਹੀ ਜਾਂ ਗਲਤ ਹੋਣ ਤੇ ਵੀ ਉਸ ਨੂੰ ਸਪੋਰਟ ਕਰਦੇ ਨੇ, ਜਿਸ ਨੂੰ ਦੇਖ ਸਾਰੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਮ ਹਿਮਾਂਸ਼ੀ ਲਈ ਕੁਛ ਨਾ ਕੁਛ ਫੀਲ ਕਰਦਾ। ਤੇ ਕੱਲ ਸ਼ੋਅ ਦੇ ਦੌਰਾਨ ਹੋਈਆਂ ਅਸੀਮ ਔਰ ਹਿਮਾਂਸ਼ੀ ਦੀਆਂ ਗੱਲਾਂ ਨੂੰ ਸੁਣ ਸਾਫ਼ ਕਿਹਾ ਜਾ ਸਕਦਾ ਹੈ ਕਿ ਅਸੀਮ ਹਿਮਾਂਸ਼ੀ ਨੂੰ ਲਾਈਕ ਕਰਦਾ। ਦਰਅਸਲ ਕੱਲ ਸ਼ੋਅ ਦੇ ਦੌਰਾਨ ਦੇਖਿਆ ਗਿਆ ਕਿ ਹਿਮਾਂਸ਼ੀ ਅਸੀਮ ਨਾਲ ਬੈਠੀ ਗੱਲਾਂ ਕਰ ਰਹੀ ਸੀ ਔਰ ਗੱਲਾਂ ਵਿੱਚ ਹਿਮਾਂਸ਼ੀ ਨੇ ਕਿਹਾ ਕਿ ਤੂੰ ਮੇਰੇ ਨਾਲ ਗੇਮ ਤਾਂ ਨਹੀਂ ਖੇਡ ਰਿਹਾ, ਜਿਸ ਨੂੰ ਸੁਣ ਅਸੀਮ ਨੇ ਕਿਹਾ ਕਿ ਮੈਂ ਤੇਰੇ ਨਾਲ ਗੇਮ ਨਹੀਂ ਖੇਡ ਸਕਦਾ ਕਿਉਂਕਿ ਮੈਨੂੰ ਤੇਰੇ ਲਈ ਕੁਛ ਅਲੱਗ ਫੀਲਿੰਗ ਹੈ, ਜਿਸ ਨੂੰ ਸੁਣ ਹਿਮਾਂਸ਼ੀ ਕਹਿੰਦੀ ਹੈ ਉਹੀ ਤਾਂ ਮੈਂ ਕੱਲ੍ਹ ਦੀ ਜਾਣਨਾ ਚਾਹੁੰਦੀ ਹਾਂ ਕਿ ਇੰਨੀ ਜਲਦੀ ਕਿੱਦਾਂ, ਔਰ ਤੈਨੂੰ ਪਤਾ ਹੈ ਕਿ ਮੈਂ ਸਿੰਗਲ ਨਹੀਂ ਹਾਂ। ਜਿਸ 'ਤੇ ਅਸੀਮ ਕਹਿੰਦਾ ਹੈ ਆਈ ਨੋ ਕਿ ਤੂੰ ਸਿੰਗਲ ਨਹੀਂ ਹਾਂ, ਪਰ ਫਿਰ ਵੀ। ਇਸ ਫਿਰ ਵੀ ਤੋਂ ਅਸੀਮ ਦਾ ਕੀ ਮਤਲਬ ਸੀ, ਇਹ ਤਾਂ ਅਸੀਮ ਹੀ ਜਾਣਦੇ ਨੇ। ਔਰ ਰਾਤ ਦੇ ਟਾਈਮ ਅਸੀਮ ਬਹੁਤ ਰੋਮਾਂਟਿਕ ਮੂਡ 'ਚ ਨਜ਼ਰ ਆਏ ਔਰ ਉਹਨਾਂ ਨੇ ਕੀਤੀ ਹਿਮਾਂਸ਼ੀ ਦੀ ਤਾਰੀਫ, ਕਿਹਾ ਹਿਮਾਂਸ਼ੀ ਯੂ ਮੋਸਟ ਬਿਊਟੀਫੁਲ ਵੂਮਨ ਔਨ ਟੈਲੀਵਿਜ਼ਨ, ਜਿਸ ਨੂੰ ਸੁਣ ਕਹਿ ਸਕਦੇ ਹਾਂ ਕਿ ਅਸੀਮ ਹਿਮਾਂਸ਼ੀ ਲਈ ਕੁਛ ਜ਼ਿਆਦਾ ਹੀ ਫੀਲ ਕਰ ਰਿਹਾ। ਤੇ ਇਸ 'ਤੇ ਹਿਮਾਂਸ਼ੀ ਦਾ ਅਗਲਾ ਕੀ ਰਿਐਕਸ਼ਨ ਹੋਏਗਾ ਇਹ ਦੇਖਣਾ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ। ਤੁਸੀਂ ਹੋਰ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।